ਇਹ ਜਿਹੜੀ ਆ ਸ੍ਰੀ ਸਾਹਿਬਾਂ ਨਾਲ ਜਾਂ ਜਿਹੜੇ ਗੁਰੂ ਸਾਹਿਬ ਦੀ ਦੇਣ ਆ ਤੇ ਆ ਰਿਹਾ ਦਲੇਰੀ ਪੁੰਨ ਹੈ ਖੂਨ ਦੇ ਵਿੱਚ ਚਾਹੇ ਜਿਹੜੀ ਸੱਚਾਈ ਹੈ ਮਤਲਬ ਸਿੱਖ ਦੇ ਵਿੱਚ ਉਸ ਸੱਚਾਈ ਤੋਂ ਡਰ ਇਹਨਾਂ ਨੂੰ ਲੱਗਦਾ ਭਾਈ ਸਾਹਿਬ ਗੱਲ ਤੇ ਕੁਰਿਆਤ ਹੈ ਮਤਲਬ ਸਿੱਖਾਂ ਦੇ ਵਿੱਚ ਸੁੱਚਾ ਸਿੰਘ ਲੰਗਾ ਸਾਬਕਾ ਮੰਤਰੀ ਮਤਲਬ ਕਿ ਗੁਰਦਾਸਪੁਰ ਉਹਨੂੰ ਮਤਲਬ ਕਿ ਇਹਨਾਂ ਨੇ ਮਤਲਬ ਕਿ ਜਿਹੜਾ ਸੀ ਉਹ ਸਿੱਖ ਧਰਮ ਦੇ ਵਿੱਚ ਵਾਪਸੀ ਕੀਤੀ ਆ ਔਰ ਉਹਨੂੰ ਜੋ ਸਜ਼ਾਵਾਂ ਲਾਈਆਂ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸ਼੍ਰੋਮਣੀ ਕਮੇਟੀ ਜੋ ਅਕਾਲ ਤਖ਼ਤ ਦਾ ਜਥੇਦਾਰ ਹੈ ਉਹਨੇ ਇਹ ਫੈਸਲਾ ਸਹੀ ਕੀਤਾ ਜਾਏ ਕਿਸ ਤਰ੍ਹਾਂ ਦਾ ਕਰਨਾ ਚਾਹੀਦਾ ਸੀ ਇਹਦੇ ਬਾਰੇ ਤੁਸੀਂ ਕੀ ਕਹੋਗੇ ਬਿਲਕੁਲ ਜੀ ਇੱਕ ਮਤਲਬ ਨੌਜਵਾਨਾਂ ਦੇ ਵਿੱਚ ਜਾਂ ਆਪਾਂ ਭਾਵਕ ਹੋ ਗਏ ਹਰ ਇੱਕ ਗੱਲ ਜਿਹੜੀ ਆ ਆਪਾਂ ਹਰ ਇੱਕ ਗੱਲ ਨੂੰ ਭਾਵਕ ਹੋ ਕੇ ਲੈਂਦੇ ਹਾਂ ਨਹੀਂ ਹਾਂ ਗੱਲ ਤਾਂ ਗੁਰੂ ਸਾਹਿਬ ਦੀ ਲਈਏ ਨਾ ਆਪਾਂ ਵੀ ਪਹਿਲਾਂ ਤਾਂ ਗੁਰੂ ਸਾਹਿਬ ਨੇ ਜਿਹੜਾ ਚੜ੍ਹ ਕੇ ਆਉਂਦਾ ਉਹਦੇ ਵਾਸਤੇ ਦੇਗ ਰੱਖੀ ਆ ਅਤੇ ਜਿਹੜਾ ਨਿਉ ਕੇ ਆਉਂਦਾ ਉਹਦੇ ਵਾਸਤੇ ਦੇਗ ਰੱਖੀ ਆ ਇਹ ਗੁਰੂ ਸਾਹਿਬ ਦੀ ਸਾਡੀ ਜਿਹੜੀ ਉਹ ਪਰੰਪਰਾ ਜਿਹੜੀ ਪੁਰਾਣੀ ਚੱਲਦੀ ਆਈ ਆ ਉਹ ਗੁਰੂ ਸਾਹਿਬ ਨੇ ਸਾਨੂੰ ਇੱਕ ਇਹ ਦੇਣ ਦਿੱਤੀ ਆ ਅਸੀਂ ਮੈਂ ਇਹ ਨਹੀਂ ਗੱਲ ਕਰਦਾ ਸਾਡੀ ਆਪਸੀ ਵਿਵਾਦ ਸੋ ਹੋਣਗੇ ਸ਼੍ਰੋਮਣੀ ਕਮੇਟੀ ਵਾਲੇ ਸਾਨੂੰ ਵੱਢਿਆ ਟੁੱਕਿਆ ਸੋ ਯਾਰ ਉਹ ਵੱਖਰੀ ਚੀਜ਼ ਮੀਟਰ ਵੱਖਰਾ ਗੱਲ ਜਿਹੜੀ ਕਰੀਏ ਗੱਲ ਮਾਫ਼ੀ ਦੀ ਕਰਦੇ ਹਾਂ ਗੱਲ ਜਿਹੜਾ ਯਾਰ ਝੋਕੇ ਆ ਗਿਆ ਜੀ ਝੋਕੇ ਆ ਗਿਆ ਉਹ ਬੰਦਾ ਅਹਿਸਾਸ ਕਰ ਰਿਹਾ ਅਤੇ ਸਾਡੀ ਕੌਮ ਜ਼ਿਆਦਾ ਜਿਹੜੀ ਆ ਨਾ ਅੱਜ ਕੱਲ੍ਹ ਨਲੈਕੀਆਂ ਇਹੋ ਹੀ ਚੱਲਣ ਡੀਆਂ ਕਿ ਜਿਹੜਾ ਅਸੀਂ ਕਿਸੇ ਨੂੰ ਇੱਕ ਵਾਰ ਜਦੋਂ ਕੋਈ ਤਿਲਕ ਕੇ ਡਿੱਗ ਪੈਂਦਾ ਨਾ ਤਾਂ ਉੱਤੋਂ ਦਹਿ ਮੁੱਕੀ ਦੇ ਮੁੱਕੀ ਅਸੀਂ ਉਹਨੂੰ ਰੋਲ ਦਿੰਦੇ ਉਹ ਪੈਰੀ ਵੀ ਪੈਂਦਾ ਮਹਾਰਾਜ ਸਹੀ ਜੇ ਕਿਸੇ ਨੇ ਚਲੋ ਕੋਈ ਥੋੜ੍ਹੀ ਬਹੁਤੀ ਵੀ ਕੋਈ ਗੱਲ ਕਰਦਾ ਆ ਤਾਂ ਯਾਰ ਕਰਨ ਦਿਓ ਪੰਥ ਜੀ ਜੇ ਕਰਨੀ ਲੱਗਾ ਤੈਨੂੰ ਕਰਨ ਦਿਓ ਫਿਰ ਵੇਖੋ ਗੱਲ ਸਿੰਘ ਸਾਹਿਬ ਦੀ ਕਰੀਏ ਇਹ ਕਿਉਂ ਨਹੀਂ ਬਰਦਾਸ਼ਤ ਸਾਨੂੰ ਹੁੰਦਾ ਕਿਉਂਕਿ ਮੈਂ ਉਹਨਾਂ ਬੰਦਿਆਂ ਨੂੰ ਮਾਫ਼ੀਆਂ ਦੇ ਦਿੱਤੀਆਂ ਇਸ ਬਾਦਲ ਪਰਿਵਾਰ ਦੇ ਕਹੇ 'ਤੇ ਜਿਹੜੇ ਬੰਦੇ ਕੌਮ ਜਿਹੜੀ ਆ ਕਦੀ ਵੀ ਜ਼ਿੰਦਗੀ ਭਰ ਮਾਫ਼ ਕਿੰਨਾ ਨੌਜਵਾਨ ਇਹਨਾਂ ਮਾਰਿਆ ਗੋਲੀਆਂ ਨਾਲ ਅਤੇ ਇਹਨਾਂ ਉਸ ਟਾਈਮ ਵੇਖੋ ਕੁਝ ਵੀ ਨਹੀਂ ਬਣਦਾ ਸਰਕਾਰਾਂ ਬਣੀਆਂ ਦੇ ਉਹ ਨਲੈਕੀਆਂ ਕਰਕੇ ਕੁਝ ਜਿਹੜਾ ਨਾ ਸਾਨੂੰ ਜਿਹੜਾ ਗੁੱਸਾ ਚੜ੍ਹਦਾ ਜਾਂ ਸਾਡੀਆਂ ਭਾਵਕ ਹੁੰਦੇ ਨੌਜਵਾਨ ਜਾਂ ਸਾਡੇ ਪੰਥਕ ਆਗੂ ਜਿਹੜੇ ਭਾਵਕ ਹੁੰਦੇ ਆ ਉਹ ਯਾਦ ਵਿੱਚ ਜੋ ਗਨ ਕਲਚਰ ਹੈ ਉਹਦੇ ਬਾਰੇ ਅਸੀਂ ਉਹ ਗੱਲਬਾਤ ਕਰਾਂਗੇ ਭਾਈ ਦਿਲਬਾਗ ਸਿੰਘ ਉਹਨਾਂ ਨਾਲ ਹਾਂਜੀ ਭਾਈ ਦਿਲਬਾਗ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਭਾਈ ਦਿਲਬਾਗ ਸਿੰਘ ਜੀ ਅੱਜ ਕੱਲ੍ਹ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਜੋ ਗਨ ਕਲਚਰ ਹੈ ਜੋ ਹਥਿਆਰਾਂ ਦੇ ਮਾਮਲੇ ਦੇ ਵਿੱਚ ਬੜੀ ਚਰਚਾ ਚੱਲ ਰਹੀ ਹੈ ਕਿ ਪੰਜਾਬ ਦੇ ਵਿੱਚ ਕੋਈ ਵੀ ਮਨੁੱਖ ਜਿਹੜਾ ਹੈ ਮਤਲਬ ਚਾਹੇ ਰਿਵਾਲਵਰ 'ਤੇ ਕਿਤੇ ਰਿਹਾ ਮਤਲਬ ਕਿ ਕੋਈ ਕਿਰਪਾਨ ਚਾਹੇ ਕੋਈ ਦਾਤਰ ਕੋਈ ਇਹੋ ਜਿਹਾ ਵੀ ਕੋਈ ਚੀਜ਼ ਲੈਣੀ ਪਏਗੀ ਤੁਹਾਨੂੰ ਲਾਇਸੈਂਸ ਲੈਣਾ ਪਏਗਾ ਤੁਸੀਂ ਇਹਦੇ ਬਾਰੇ ਕੀ ਮਤਲਬ ਕਿ ਕਹਿਣਾ ਚਾਹੋਗੇ ਅਤੇ ਭਾਈ ਸਾਹਿਬ ਬਿਲਕੁਲ ਇਹ ਬੜੀ ਇਸ ਚੀਜ਼ ਦੀ ਚਰਚਾ ਚੱਲ ਰਹੀ ਹੈ ਕਿ ਵੇਖੋ ਪਹਿਲਾਂ ਤਾਂ ਸਾਡੇ ਬਾਣਿਆਂ 'ਤੇ ਸਾਡੇ ਦਮਾਲਿਆਂ 'ਤੇ ਕਰਿੰਤੂ ਹੁੰਦਾ ਰਿਹਾ ਇਹ ਸ਼ਸਤਰਾਂ 'ਤੇ ਵੀ 3 ਫੁੱਟੀ ਵੇਖੋ ਮਾਨ ਨੂੰ ਵੀ ਅੰਦਰ ਨਹੀਂ ਜਾਣ ਤਾਂ ਅੱਜ ਦੀ ਨਹੀਂ ਗੱਲ ਜੀ ਇਹ ਪਿੱਛੋਂ ਤੋਂ ਹੀ ਸਾਡੇ ਨਾਲ ਹੁੰਦਾ ਰਿਹਾ ਪਰ ਜਿਹੜੀ ਇਹ ਆਮ ਪਾਰਟੀ ਆ ਇਹਦੀਆਂ ਕੁਝ ਨਲੈਕੀਆਂ ਕਰਕੇ ਪਤਾ ਨਹੀਂ ਪਿੱਛੇ ਕਿੱਥੇ ਜੜ੍ਹਾਂ ਇਹਦੀਆਂ ਜੀ ਹੁਣ ਵੇਖੋ ਗੱਲ ਆਪਾਂ ਹਥਿਆਰ ਦੀ ਕਰਦੇ ਹਾਂ ਜੀ ਲੱਖਾਂ ਕਤਲ ਜਦੋਂ ਦੀਪ ਸਿੱਧੂ ਮਰਿਆ ਜਾਂ ਉਹ ਮੁੰਡਾ ਦੂਜਾ ਮਰਿਆ ਹਥਿਆਰਾਂ ਨਾਲ ਮਰਿਆ ਉਹ ਹਥਿਆਰ ਵੇਖੋ ਪੰਜਾਬ 'ਚ ਹੈਗੇ ਹੀ ਨਹੀਂ ਜਿਹੜਾ ਉਹ ਗਾਇਕ ਮੁੰਡਾ ਮਰਿਆ ਮੂਸੇ ਵਾਲਾ ਸਿੱਧੂ ਮੂਸੇ ਵਾਲਾ ਉਦੋਂ ਸਰਕਾਰਾਂ ਨੂੰ ਕੋਈ ਦਰਦ ਨਹੀਂ ਹੋਈ ਉਦੋਂ ਕੋਈ ਹਥਿਆਰ ਜਿਹੜੇ ਬੈਨ ਨਹੀਂ ਲਾਏ ਜੇ ਉਹ ਮੁੰਡਾ ਨੰਗਲੀਆਂ ਅੰਬੀ ਨੰਗਲੀਆਂ ਕਬੱਡੀ ਵਾਲਾ ਮੁੰਡਾ ਮਰਿਆ ਉਦੋਂ ਵੀ ਕੋਈ ਬੈਨ ਨਹੀਂ ਲੱਗਾ ਹੋਰ ਨੌਜਵਾਨ ਪਤਾ ਨਹੀਂ ਕਿੰਨਾ ਕੁ ਜਿਹੜਾ ਹਥਿਆਰਾਂ ਨਾਲ ਰੋਜ਼ ਮਰ ਰਿਹਾ ਕੋਈ ਬੈਨ ਨਹੀਂ ਉਦੋਂ ਇੱਕ ਸੂਰੀ ਮਰਿਆ ਤੇ ਚੀਕਾਂ ਨਿਕਲ ਗਈਆਂ ਸਰਕਾਰ ਦੀਆਂ ਤੇ ਇੱਕ ਅੰਮ੍ਰਿਤਪਾਲ ਦੇ ਨਾਲ ਜਿਹੜੇ ਲੀਗਲ ਹਥਿਆਰ ਆ ਅਨਲੀਗਲ ਨਹੀਂ ਲੀਗਲ ਅੰਮ੍ਰਿਤਪਾਲ ਜਿਹੜੇ ਮਤਲਬ ਕਿ ਪੰਜਾਬ ਦੇ ਵਾਰਸ ਜਥੇਬੰਦੀ ਦੇ ਜਿਹੜੇ ਮੁੱਖ ਸੇਵਾਦਾਰ ਨੇ ਅੰਮ੍ਰਿਤਪਾਲ ਉਹਨਾਂ ਦੀ ਗੱਲ ਕਰ ਰਹੇ ਕੋਲ ਉਹਨਾਂ ਦੀ ਹਥਿਆਰਾਂ ਦੀ ਵੀ ਗੱਲ ਜਿਹੜੀ ਹੈ ਪੰਜਾਬ ਵਿੱਚ ਚੱਲ ਰਹੀ ਹੈ ਜਾਂ ਪੰਜਾਬ ਸਰਕਾਰ ਚੱਲ ਰਹੀ ਹੈ ਉਹਦੀ ਗੱਲ ਕਰ ਰਹੇ ਤੁਸੀਂ ਅੰਮ੍ਰਿਤਪਾਲ ਹਾਂ ਬਿਲਕੁਲ ਮੈਂ ਸਾਰੀ ਟੋਟਲੀ ਚੀਜ਼ ਨੂੰ ਸਾਰੀ ਨੂੰ ਵਿੱਚ ਲੈ ਰਿਹਾ ਕਿਉਂਕਿ ਜਿਹੜੀਆਂ ਤਕਲੀਫਾਂ ਦੀ ਗੱਲ ਕਰ ਰਹੇ ਹਾਂ ਸਰਕਾਰਾਂ ਦੀ ਸਰਕਾਰ ਨੂੰ ਤਕਲੀਫ ਜਿਹੜੀ ਚੀਜ਼ ਦੀ ਆ ਵੀ ਇੱਕ ਤਾਂ ਨੌਜਵਾਨ ਹੈ ਜਿਹੜਾ ਆਪਣੇ ਪਰਸਨਲ ਹਥਿਆਰ ਨਾਲ ਸੂਰੀ ਦਾ ਕਤਲ ਕਰਦਾ ਇੱਕ ਤਾਂ ਉਹ ਚੀਜ਼ ਚੁਭੀ ਇਹਨਾਂ ਨੂੰ ਵੀ ਉਹ ਚੀਜ਼ ਬਰਦਾਸ਼ਤ ਨਹੀਂ ਸਰਕਾਰਾਂ ਕੋਈ ਇੱਕ ਜਿਹੜਾ ਇਹ ਨੌਜਵਾਨ ਅੰਮ੍ਰਿਤਪਾਲ ਸਾਡਾ ਮੁੰਡਾ ਕੱਲ੍ਹ ਜਿਹੜਾ ਇਹ ਜਥੇਬੰਦੀ ਵਾਰਸ ਪੰਜਾਬ ਦਾ ਉੱਠਿਆ ਮੁੰਡਾ ਇਸ ਮੁੰਡੇ ਦੇ ਨਾਲ ਨੌਜਵਾਨ ਦੇ ਨਾਲ ਗੁਰਸਿੱਖ ਦੇ ਨਾਲ ਪਤਾ ਨਹੀਂ ਕਿੰਨੇ ਗੁਰਸਿੱਖ ਬੱਚੇ ਜਿਹੜੇ ਆ ਉਹ ਲੀਗਲ ਹਥਿਆਰ ਜਿਹੜੇ ਲਾਇਸੈਂਸੀ ਹਥਿਆਰ ਜਿਹੜੇ ਇਹਨਾਂ ਆਪ ਸਰਕਾਰ ਨੇ 100 ਇਨਕੁਆਇਰੀਆਂ ਕਰਕੇ 100 ਘਾਕਾਂ ਕਰਕੇ ਸਾਨੂੰ ਬਣਾ ਕੇ ਦਿੱਤੇ ਜੀ
ਤੇ ਉਹ ਹਥਿਆਰ ਲੀਗਲ ਜਿਹੜੇ ਆ ਉਹ ਘੱਟ ਤੋਂ ਘੱਟ ਵੀ ਇਹਨਾਂ ਮੇਰੇ ਹਿਸਾਬ ਨਾਲ ਘੱਟ ਤੋਂ ਘੱਟ ਵੀ ਜਾਂ 17-18 ਦੇ ਕਰੀਬ ਜਿਹੜੇ ਆ ਹਥਿਆਰ ਆ ਉਹ ਇਹਨਾਂ ਆਪ ਸਰਕਾਰ ਨੇ ਜਿਹੜਾ ਬਣਾ ਕੇ ਦਿੱਤੇ ਜਿਹੜੇ ਉਹ ਨੌਜਵਾਨ ਅੱਜ ਲੇਕੇ ਨਾਲ ਤੁਰੇ ਫਿਰਦੇ ਆ। ਅੰਮ੍ਰਿਤਪਾਲ ਜਿਹੜਾ ਮਤਲਬ ਕਿ ਪੰਜਾਬ ਦਾ ਵਾਰਸ ਹੈ ਪੰਜਾਬ ਸਰਕਾਰ ਨੇ ਉਹਨੂੰ ਮਤਲਬ ਕਿ 16-17 ਮਤਲਬ ਕਿ ਲਾਇਸੈਂਸ ਆਪ ਆਪਣੇ ਕੋਲ ਮਤਲਬ ਕਿ ਦਿੱਤੇ ਨੇ। ਬਿਲਕੁਲ ਜੀ ਬਿਲਕੁਲ, ਇਹ ਤੇ ਆਪ ਜਿਹੜਾ ਅਨਲੀਗਲ ਤਾਂ ਫਿਰ ਕਰਨ ਪ੍ਰਚਾਰ ਉਹਨਾਂ ਦੇ। ਜੀ 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 ਜੇ ਤਾਂ ਭਾਈ ਸਾਹਿਬ ਉਹ ਨਜਾਇਜ਼ ਹਥਿਆਰ ਆ ਤੇ ਫਿਰ ਉਹਨਾਂ ਦੇ ਪਰਚਾ ਬਣਨੋਂ ਕਰਦੇ ਕਿਉਂ ਨਹੀਂ। ਜੀ ਜੀ ਜੀ, ਗੱਲ ਇੱਕ ਬੰਨੇ ਤੇ ਕਹਿ ਰਹੇ ਆ ਵੀ ਦੋ ਹਥਿਆਰ ਵੇਖੋ, ਮੇਰੇ ਵੀ 3 ਹਥਿਆਰ ਹੀ ਮੇਰੇ ਕੋਲ। ਜੀ ਜੀ, ਮੇਰਾ ਵੀ ਇੱਕ ਹਥਿਆਰ ਦੇ ਨਾਲ ਹੀ ਜਿਹੜੀ ਆ ਮੇਰੀ ਲਾਈ ਗਈ ਤੇ ਕਹਿੰਦੇ ਫਿਰ ਤੇਰਾ ਜਿਹੜਾ ਇਹ ਲਾਇਸੈਂਸ ਆ ਜਿਹੜਾ ਇਹ ਫਿਰ ਹੋਊਗਾ ਲੀਗਲ ਹੈ, ਫਿਰ ਮਤਲਬ ਹਾਂ ਫਿਰ ਤੁਹਾਡਾ ਨਿਊ ਹੋਊਗਾ। ਜੀ ਜੀ, ਤੇ ਨਹੀਂ ਤੇ ਨਹੀਂ ਹੋਊਗਾ। ਤੇ ਮੈਨੂੰ ਹਾਰ ਕੇ ਉਹ ਗੰਨ ਉਸ ਵਾਲੇ ਨੂੰ ਉਦਾਂ ਰਫਲ ਦੇਣੀ ਪਈ ਨਾਲ ਹੀ। ਮਤਲਬ ਜਿਹੜੀਆਂ ਨਲੈਕੀਆਂ ਸਰਕਾਰ ਦੀਆਂ ਮੈਨੂੰ ਤਾਂ ਇੱਕ ਨਹੀਂ ਸਮਝ ਲੱਗੀ। ਮੈਂ ਭਾਈ ਸਾਹਿਬ ਛੋਟੇ ਜਿਹਾ ਤੁਹਾਨੂੰ ਵਚਨ ਕਰ ਸਕਦਾ, ਮੈਂ ਨਾ ਯੂਪੀ ਦੇ ਵਿੱਚ ਲੜਾਈ ਹੋ ਗਈ ਮੇਰੇ ਸਾਲੇ ਰਹਿੰਦੇ, ਉਹਨਾਂ ਦੀ ਲਾਗੇ ਭਾਈਚਾਰੇ ਜਾਂ ਆਪਸੀ ਲੜਾਈ ਹੋ ਗਈ ਤੇ ਮੈਂ SSP ਕੋ ਗਿਆ ਉੱਥੇ। ਮੈਂ SSP ਕੋ ਗਿਆ, ਉਹਨੇ ਨਾਲ ਕਿਹਾ ਵੀ ਭਾਈ ਸਾਹਿਬ ਮੈਨੂੰ ਨਾ ਨਜਾਇਜ਼ ਹਥਿਆਰ ਨਾਲ ਧਮਕੀ ਦਿੱਤੀ ਗਈ, ਮੇਰੇ ਉੱਤੇ ਮੱਥੇ ਤੇ ਤਾਨਿਆ ਗਿਆ, ਫਲਾਣੇ ਬੰਦੇ ਨੇ ਤਾਨਿਆ ਤੇ ਮੇਰਾ ਗੱਲ ਹਥਿਆਰ ਲਈ ਫਿਰਦਾ। ਕਹਿੰਦਾ ਵੀ ਮੈਂ ਕਦੋਂ ਆਖਿਆ ਤੁਹਾਨੂੰ ਤੁਸੀਂ ਨਾ ਰੱਖੋ। ਯੂਪੀ ਦੇ ਪਲੀਏ ਦੀ ਗੱਲ ਆ, ਉੱਥੋਂ ਦੇ SSP ਨੇ ਆਹ ਗੱਲ ਕਹੀ ਵੀ ਮੈਂ ਕਦੋਂ ਕਿਹਾ ਤੁਸੀਂ ਨਾ ਰੱਖੋ ਅਨਲੀਗਲ ਹਥਿਆਰ। ਮੈਂ ਤਾਂ ਕਹਿੰਦਾ ਵੀ ਘਰ ਘਰ ਰੱਖੋ, ਜਾਂ ਤਾਂ ਕੋਈ ਅਜੇ ਤੱਕ ਅਸੀਂ ਕਿਸੇ ਪਰਚਾ ਕੀਤਾ ਵਾ, ਨਜਾਇਜ਼ ਰੱਖੋ ਭਾਈ ਸਾਹਿਬ, ਨਜਾਇਜ਼ ਰੱਖੋ, ਕੋਈ ਲਾਇਸੈਂਸ ਬਣਾਉਣ ਦੀ ਲੋੜ ਨੀ। ਜੋ ਬਿਲਡਿੰਗ ਮੌਕੇ ਤੇ ਮੈਂ ਉੱਥੇ ਬਿਠਾ SSP ਦੀ, ਤੇ ਪੰਜਾਬ ਵਾਰੀ ਕਿਉਂ ਵੱਖਰਾ ਕਾਨੂੰਨ, ਪੰਜਾਬ ਵਾਰੀ ਕਿਉਂ ਲਾਇਸੈਂਸੀ ਹਥਿਆਰ ਵੀ ਸਾਡੇ ਚੁਭਦੇ ਤਾਂ ਬਾਹਰ ਜਿਹੜੇ ਆ ਬਾਹਰ ਤੁਸੀਂ ਐਲਾਨ ਕਰਨ ਡੇ ਜੋ ਕਿ ਵੀ ਅਨਲੀਗਲ ਰੱਖੋ ਤੁਸੀਂ, ਅਸੀਂ ਕੋਈ ਗੱਲ ਨੀ ਕਰਦੇ, ਤੁਸੀਂ ਜਿੱਥੇ ਮਰਜ਼ੀ ਬੈਂਕਾਂ ਦੇ ਜਿੱਥੇ ਮਰਜ਼ੀ ਰੱਖੋ, ਤੁਹਾਨੂੰ ਕੋਈ ਪੁੱਛਦਾ? ਜੇ ਤੇਰੇ ਨਜਾਇਜ਼ ਤਾਨੇ ਆ ਤਾਂ ਤੂੰ ਵੀ ਨਜਾਇਜ਼ ਰੱਖ। ਮਤਲਬ ਉੱਥੋਂ ਦੇ SSP ਦੀ ਵਰਲਡਿੰਗ ਭਾਈ ਸਾਹਿਬ, ਲੀਗਲ ਦੀ ਨੀ ਗੱਲ ਕਰ ਰਿਹਾ, ਅਨਲੀਗਲ ਦੀ ਗੱਲ ਕਰ ਰਿਹਾ ਮੈਂ। ਤੁਹਾਨੂੰ ਪੁੱਛਿਆ ਪਏਗਾ ਇਸ ਚੀਜ਼ ਤਾਂ, ਕਿਉਂਕਿ ਉਹਨਾਂ ਕਿਹਾ ਵੀ ਅਨਲੀਗਲ ਰੱਖੋ ਹਥਿਆਰ ਵੱਧ ਤੋਂ ਵੱਧ ਤੁਸੀਂ, ਤੇ ਰੱਖੇ ਵੀ ਆ ਯੂਪੀ ਦੇ ਵਿੱਚ, ਰੱਖੇ ਵੀ ਉੱਥੇ। ਵੇਖੋ ਕੋਈ ਨੀ ਪੁੱਛਦਾ ਉੱਥੇ, ਕੋਈ ਨੀ ਗੱਲ। ਜਦੋਂ ਗੱਲ ਪੰਜਾਬ ਦੀ ਆਉਂਦੀ ਹੈ ਤਾਂ ਸਾਡੇ ਲਾਇਸੈਂਸੀ ਹਥਿਆਰ ਵੀ ਚੁੱਭਦੇ, ਹਾਲਾਂਕਿ ਇਹਨਾਂ ਨੂੰ ਪਤਾ ਵਾ ਕਿ ਯੂਪੀ ਬਿਹਾਰ ਜਾਂ ਹੋਰ ਉਹਨਾਂ ਦੇ ਗੁਰੂ ਨੇ ਇਹ ਗੱਲ ਨੀ ਕਹੀ ਹਥਿਆਰ ਰੱਖਣ ਵਾਸਤੇ। ਪਰ ਸਾਡੇ ਗੁਰੂ ਨੇ ਆਪਣੇ ਅੰਗ ਦੇ ਬਰਾਬਰ ਸਮਝਿਆ ਵੀ ਆ ਅੰਗ ਵੀ ਜਿਹੜਾ ਤੁਹਾਡਾ ਲੈ ਜੇ ਤਾਂ ਵੱਖਰੀ ਗੱਲ ਆ, ਪਰ ਇਹ ਇੱਕ ਸਕਿੰਟ ਵੀ ਤੁਹਾਡੇ ਤੋਂ ਐ ਨਹੀਂ ਹੋਣਾ ਚਾਹੀਦਾ। ਜਿਸ ਤਰ੍ਹਾਂ ਮਤਲਬ ਕਿ ਸਰਕਾਰ ਜਿਹੜੀ ਆ ਉਹ ਸਾਨੂੰ ਪੰਜਾਬ ਦੇ ਵਿੱਚ ਖਾਸ ਕਰਕੇ ਮਤਲਬ ਕਿ ਕਹਿ ਰਹੀ ਹੈ ਕਿ ਜਿਹੜੇ ਤੁਹਾਡੇ ਹਥਿਆਰ ਨੇ ਮਤਲਬ ਕਿ ਲਾਇਸੈਂਸੀ ਉਹਨਾਂ ਦੀ ਵੀ ਮਤਲਬ ਕਿ ਵੈਰੀਫਿਕੇਸ਼ਨ ਕਰਾਓ। ਅਤੇ ਉਹਨਾਂ ਨੂੰ ਡਰ ਸਰਕਾਰ ਨੂੰ ਕਿਸ ਚੀਜ਼ ਦਾ ਹੈ ਕਿ ਜਿਹੜਾ ਮਤਲਬ ਕਿ ਲਾਇਸੈਂਸੀ ਹਥਿਆਰ ਹੈ ਉਸ ਹਥਿਆਰ ਨਾਲ ਜੇ ਕੋਈ ਆਪਣੀ ਰਕਸ਼ਾ ਕਰਦਿਆਂ ਕਿਸੇ ਨੂੰ ਮਾਰ ਦਿੰਦਾ ਗੋਲੀ, ਮਤਲਬ ਘਰ ਦੇ ਵਿੱਚ ਕੋਈ ਆ ਜਾਂਦਾ ਮਤਲਬ ਕਿ ਲੁੱਟਣ ਆ ਜਾਂਦਾ ਕੋਈ ਗੱਲ ਹੋ ਜਾਂਦੀ ਹੈ, ਅਤੇ ਜੇ ਲਾਇਸੈਂਸੀ ਹਥਿਆਰ ਵਾਲਾ ਮਨੁੱਖ ਮਤਲਬ ਕਿ ਉਸ ਬੰਦੇ ਨੂੰ ਮਾਰ ਦਿੰਦਾ ਗੋਲੀ ਉਹ ਬੰਦਾ ਮਰ ਜਾਂਦਾ, ਅਤੇ ਜੋ ਬਣਦੀ ਕਾਨੂੰਨੀ ਕਾਰਵਾਈ ਉਹ ਲਾਇਸੈਂਸੀ ਹਥਿਆਰ ਵਾਲੇ ਤਾਂ ਕਰੇ। ਪਰ ਸਰਕਾਰ ਨੂੰ ਕਾਹਦਾ ਡਰ ਪੈ ਗਿਆ ਕਿ ਲਾਇਸੈਂਸੀ ਹਥਿਆਰ ਦੀ ਵੀ ਮਤਲਬ ਕਿ ਜਿਹੜੀ ਆ ਇਨਕੁਆਇਰੀ ਲਾਇਸੈਂਸ ਹਥਿਆਰ ਦੀ ਵੀ ਮਤਲਬ ਕਿ ਜਿਹੜੇ ਪੜਚੋਲ। ਭਾਈ ਸਾਹਿਬ ਵੇਖੋ ਜਿਹੜੇ ਤਾਂ ਮਾਰਨ ਦੇ ਨੇ ਚੀਕਾਂ ਜੀ ਸ਼ਿਵਸੈਨਾ ਵਾਲੇ ਜੀ, ਉਹਨਾਂ ਨੂੰ ਤੇ ਘੱਟ ਤੋਂ ਘੱਟ ਵੀ ਹਰ ਇੱਕ ਬੰਦੇ ਨੂੰ 5-5 ਗਨਮੈਨ, 7-7 ਜਾਂ 10-10 ਜਾਂ ਆ ਸੂਰੀ ਨਾਲ 18 ਗਨਮੈਨ ਸੀ ਜੀ ਜੀ, ਇਹਨਾਂ ਨੂੰ ਤਾਂ ਗਨਮੈਨ ਦਿੱਤੇ ਜਾਂਦੇ ਆ ਜੀ। ਹੁਣ ਯਾਰ ਆਮ ਬੰਦਾ ਜਾਂ ਤੁਸੀਂ ਬਾਹਰ ਜਾਣਾ ਕਾਰੋਬਾਰੀ ਬੰਦਾ ਆ, ਕੋਈ ਲੱਖਾਂ ਦਾ ਵਪਾਰ ਕਰਦਾ, ਕੋਈ ਕਰੋੜਾਂ ਦਾ ਕਰਦਾ, ਕੋਈ ਹਜ਼ਾਰਾਂ ਦਾ ਕਰਦਾ, ਕੋਈ ਆਪਣੇ ਪਰਿਵਾਰ ਨੂੰ ਸੇਫ ਰੱਖਣ ਵਾਸਤੇ ਹਥਿਆਰ ਬੈਗ ਦੇ ਵਿੱਚ 100 ਚੋਰੀਆਂ ਡਾਕੇ 100 ਇਸ ਚੀਜ਼ ਦਾ ਜਿਹੜਾ ਕੰਮ ਚੱਲਣ ਡਿਆ, ਹੁਣ ਹੁਣ ਜਾਂ ਤਾਂ ਇਹ ਤੋਂ ਜਿਹੜੇ ਤੱਕ ਜਿਹਦਾ ਹਥਿਆਰ ਜ਼ਬਤ ਕਰਨਾ ਜਾਂ ਨਹੀਂ ਰੱਖਣ ਦਿੰਦਾ ਤਾਂ ਉਹਨੂੰ 5 ਬੰਦੇ ਫਿਰ ਸਿਕਿਉਰਿਟੀ ਦੇਣ ਸਰਕਾਰ, ਵੀ ਜੇ ਉਹਨਾਂ ਨੂੰ ਦੇ ਸਕਦੀ ਆ ਜਿਹੜੇ ਚੀਕਾਂ ਮਾਰਦੇ ਆ ਉਹਨਾਂ ਨੂੰ ਜਿਹੜੀ ਆ ਉੱਤੋਂ ਸੈਂਟਰਲੋਂ ਵੀ ਜਿਹੜੀਆਂ ਤੇਲ ਵੀ ਮਿਲਦਾ ਜੀ ਜੀ, ਉਹਨਾਂ ਨੂੰ ਹਥਿਆਰ ਵੀ ਮਿਲਦੇ ਆ, ਉਹਨਾਂ ਨੂੰ ਪ੍ਰਮੋਟ ਵੀ ਕੀਤਾ ਜਾਂਦਾ। ਜਦੋਂ ਗੱਲ ਭਾਈ ਸਾਹਿਬ ਕੋਈ ਨਹੀਂ, ਜੋ ਗੱਲ ਇੱਕੋ ਹੀ ਆ ਜੀ, ਜੇ ਤਾਂ ਤੁਸੀਂ ਗਾਈਆਂ ਬਣੇ ਰਹੋਗੇ ਜੀ ਤੇ ਤੁਹਾਨੂੰ ਕਿਸੇ ਨੇ ਪੁੱਛਣਾ, ਭਾਵੇਂ ਹਥਿਆਰ ਰੱਖੀ ਰੱਖੋ ਭਾਵੇਂ ਜੋ ਮਰਜ਼ੀ, ਜਿੱਦਣ ਤੁਸੀਂ ਸਰਕਾਰ ਨੂੰ ਅੱਖਾਂ ਵਿਖਾਈਆਂ ਤੁਹਾਡਾ ਡੰਡਾ ਵਿੱਚ ਬਣਾ ਜਾਓ। ਇਹੋ ਗੱਲ ਸਾਡੇ ਨਾਲ ਹੁੰਦੀ ਸੰਤਾਂ ਵਾਲੇ ਵੀ ਇਹੋ ਹੀ, ਇਹ ਜੇ ਨੌਜਵਾਨ ਉੱਠਿਆ ਅੱਜ ਨੌਜਵਾਨੀ ਮਗਰ ਨਸ਼ੇ ਤੋਂ, ਨਸ਼ੇ ਦੇ ਤਾਂ ਨਾ ਲਾਏ ਹੀ, ਨਸ਼ੇ ਤੋਂ ਉੱਠ ਕੇ ਨੌਜਵਾਨ ਮਗਰ ਤੁਰ ਪਏ ਉਹਦੇ ਤੇ ਇੱਕ ਕਾਂਡ ਹੋ ਗਿਆ ਸੂਰੀ ਵਾਲਾ, ਕਾਂਡ ਹੋ ਗਏ ਦੋ ਲਾਗੇ ਲਾਗ, ਹਥਿਆਰ ਕੀ ਗੱਲ ਆ ਅੱਜ ਇਹਨਾਂ ਨੂੰ ਹਥਿਆਰ ਦਿਖੇ
ਬਾਬੇ ਸੁਰ ਸਿੰਘ ਵਾਲਿਆਂ ਨਾਲ ਪਤਾ ਨਹੀਂ ਆ, ਹੋਰ ਨਿਹੰਗ ਸਿੰਘ ਜਥੇਬੰਦੀਆਂ ਸਾਡੀਆਂ ਯਾਰ ਪਤਾ ਨਹੀਂ ਕਿੰਨਾ ਕਿੰਨਾ ਹਥਿਆਰ ਲਈ ਫਿਰਦੀਆਂ ਉਦੋਂ ਦੀਆਂ। ਜੀ ਜੀ, ਉਦੋਂ ਤਾਂ ਇਹਨਾਂ ਨੂੰ ਚੁਭਿਆ ਨਹੀਂ। ਜੀ ਜੀ, ਪਰ ਅੱਜ ਜਿਹੜਾ ਵਾ ਅੱਜ ਕਿਉਂ ਹਥਿਆਰ ਨੂੰ ਟਾਰਗੇਟ ਕਿਉਂ ਵਾਰ ਵਾਰ ਜਿਹੜਾ ਵਾਰ ਵਾਰ ਉਹ ਇੱਕੋ ਹੀ ਗੱਲ ਜਿਹੜੀ ਚਲਾਈ ਜਾ ਰਹੀ ਹੈ, ਇਹ ਜਿਹੜਾ ਪ੍ਰਮੋਟ ਹੈ ਇਹ ਗਲਤ ਕਰਨ ਡੇ ਆ। ਇਹ ਜਿਹੜਾ ਆਮ ਨਾਗਰਿਕ ਆ ਜਾਂ ਆਮ ਬੰਦਾ ਜਾ ਜਿਹੜਾ ਕਾਰੋਬਾਰ ਵਾਲਾ ਵਾ ਉਹਦਾ ਨੁਕਸਾਨ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਕਿਉਂਕਿ ਤੁਸੀਂ ਚੰਦ ਬੰਦਿਆਂ ਕਰਕੇ ਚੰਦ ਬੰਦਿਆਂ ਦੇ ਬੋਲ ਕਰਕੇ ਆਪਾਂ ਸਾਰਾ ਜਿਹੜਾ ਸਾਰੀ ਕੌਮ ਜਾਂ ਸਾਰੀਆਂ ਕੌਮਾਂ ਦੀ ਗੱਲ ਕਰਦਾ, ਮੈਂ ਇੱਕ ਦਿਨ ਕਰਦਾ ਵੀ ਇੱਥੇ ਹਿੰਦੂ ਵੀ ਰਹਿੰਦਾ, ਮੁਸਲਮਾਨ ਵੀ ਰਹਿੰਦਾ, ਈਸਾਈ ਵੀ ਰਹਿੰਦਾ, ਸਾਡਾ ਕਿਸੇ ਨਾਲ ਕੋਈ ਵੈਰ ਨਹੀਂ। ਜੀ ਜੀ, ਸਿੱਖ ਵੀ ਰਹਿੰਦਾ, ਕਿਉਂਕਿ ਅਸੀਂ ਸਾਡਾ ਭਾਈਚਾਰਾ ਆਪਸੀ ਚੱਲਦਾ, ਕਰੋੜਾਂ ਨਾਲ ਲੈਣ ਦੇਣ ਚੱਲਦਾ ਵਾ। ਜੇ ਚਾਰ ਬੰਦੇ ਸ਼ਰਾਰਤੀ ਆ ਯਾਰ, ਉਹਨਾਂ ਕਰਕੇ ਸਹੀ ਆ ਸਾਰੀ ਕੌਮ ਨੂੰ, ਸਾਰੀਆਂ ਕੌਮਾਂ ਨੂੰ ਜਾਂ ਸਾਰੀ ਮਤਲਬ ਜਿੰਨੀ ਵੀ ਇੱਥੇ ਪਬਲਿਕ ਰਹਿੰਦੀ ਆ ਉਹਨੂੰ ਟਾਰਗੇਟ ਥੋੜ੍ਹੀ ਕਰ ਸਕਦੇ ਹਾਂ। ਬਿਲਕੁਲ, ਇਹ ਨਲੇਕੀਆਂ ਭਾਈ ਸਾਹਿਬ ਸਰਕਾਰਾਂ ਦੀਆਂ, ਕੋਈ ਚੱਕਰ ਨਹੀਂ ਇਹਦੇ ਹਥਿਆਰ ਦਾ, ਜਿਹੜਾ ਕੋਈ ਸਾਨੂੰ ਖਤਰਾ ਨਹੀਂ, ਕਿੰਨੇ ਕੁ ਪਹਿਲੋਂ ਕਤਲ ਹੋ ਗਏ ਅਤੇ ਕਿੰਨੇ ਕੁ ਜਿਹੜੇ ਨੁਕਸਾਨ ਹੋ ਗਏ, ਇੰਨੇ ਕੁ ਤਾਂ ਜਿਹੜੇ ਆਮ ਹੀ ਚੱਲਦੇ ਹੀ ਆਏ ਪਹਿਲੇ ਦਿਨੋਂ ਹੀ, ਕਿ ਇੰਨਾ ਕੁ ਜੇ ਭਾਵਕ ਹੋ ਗਏ ਜਾਂ ਕੋਈ ਕਿਸੇ ਨੂੰ ਗੋਲੀ ਮਾਰ ਜਾਂ ਕਿਸੇ ਨੂੰ ਕੋਈ ਭਰਾ ਭਰਾ ਲੜ ਪੈਂਦੇ, ਕੋਈ ਦੋ ਮਰਲੇ ਤੋਂ ਪਿੱਛੇ ਜਿਹਾ ਵੀਡੀਓ ਵਾਇਰਲ ਹੋਈ ਆ ਤਾਂ ਉਹ ਭਰਾ ਨੇ ਭਰਾ ਨੂੰ ਗੋਲੀ ਮਾਰਤੀ। ਜੇ ਅਸੀਂ ਭਾਰਤ ਦੇ ਸੂਬਿਆਂ ਦੇ ਜੇ ਵੇਖੀਏ ਕ੍ਰਾਈਮ ਰੇਟ, ਤਾਂ ਉਹ ਪੰਜਾਬ ਦੇ ਵਿੱਚ ਘੱਟ ਆ, ਦਿੱਲੀ ਦੇ ਵਿੱਚ ਜ਼ਿਆਦਾ ਸਭ ਤੋਂ, ਯੂਪੀ ਬਿਹਾਰ 'ਚ ਜ਼ਿਆਦਾ, ਪੰਜਾਬ 'ਚ ਘੱਟ ਹੈ। ਫਿਰ ਪੰਜਾਬ ਦੇ ਨਾਲ ਮਤਲਬ ਕਿ ਵਿਤਕਰਾ ਜਿਹੜੀ ਸਰਕਾਰ ਕਰ ਰਹੀ ਹੈ, ਅਤੇ ਕੀ ਕਾਰਨ ਹੈ ਇਹ ਸਰਕਾਰ ਨੂੰ? ਇਹ ਭਾਈ ਸਾਹਿਬ ਅਕਲ, ਇਹਨਾਂ ਨੂੰ ਪਤਾ ਕੀ ਗੱਲ ਆ ਜੀ, ਕਹਿੰਦੇ ਵੀ ਡਰ ਕਿਹਦਾ ਜੀ, ਜਿਹੜੀ ਕੋਈ ਦੀਦਾ ਵਾ ਵੀ ਜਿਹੜੇ ਬੰਦੇ ਨੇ ਬਰਦਾਸ਼ਤ ਨਹੀਂ ਕਰਨਾ, ਜਦੋਂ ਕੋਈ ਇਲਾਕੇ ਦੇ ਵਿੱਚ ਜੇ ਤੁਸੀਂ ਕੋਈ ਬਦਮਾਸ਼ ਦੇਖੋਗੇ ਜਾਂ ਕੋਈ ਬੰਦਾ, ਚਾਰ ਬੰਦੇ ਜਿਹਦੇ ਨਾਲ ਹੋਣਗੇ ਜਾਂ ਚਾਰ ਬਾਹਾਂ 'ਚ ਪਾਵਰ ਹੋਊਗੀ, ਉਹ ਬੰਦਾ ਤੁਹਾਨੂੰ ਵਾਰ ਵਾਰ ਆਉਂਦਿਆਂ ਜਾਂਦਿਆਂ ਜਿਹੜਾ ਨਾ ਚੁਭੂਗਾ, ਹੋਰ ਮੱਲਾ ਸਾਰਾ ਵੱਸਦਾ, ਉਹਦੇ ਵੱਲ ਕਿਉਂ ਨਹੀਂ ਮੈਂ ਆਰਾਮ ਨਾਲ ਆਉਂਦੇ ਨੌਕਰੀ ਕਰਦੇ ਜਾਂਦੇ, ਕੋਈ ਕਿਸੇ ਨੂੰ ਨਹੀਂ ਪੁੱਛਦਾ, ਪਰ ਉਸ ਬੰਦੇ ਦੀ ਥਾਂ ਥਾਂ ਗੱਲ ਹੁੰਦੀ ਮੁਹੱਲੇ ਦੇ ਬਦਮਾਸ਼ ਦੀ ਜਾਂ ਮੁਹੱਲੇ ਦੇ ਸਰਪੰਚ ਦੀ ਜਾਂ ਇਲਾਕੇ ਦੇ ਕੋਈ ਚੰਗਾ ਕੰਮ ਕਰਦਾ ਉਹਦੀ, ਮਤਲਬ ਉਹ ਬੰਦੇ ਦੀ ਚਰਚਾ ਹੁੰਦੀ ਆ। ਇਹਨਾਂ ਨੂੰ ਸਾਡੀ ਜਿਹੜੀ ਆ ਨਾ, ਇਹ ਜਿਹੜੀ ਆ ਸ੍ਰੀ ਸਾਹਿਬਾਂ ਜਾਂ ਜਿਹੜੇ ਗੁਰੂ ਸਾਹਿਬ ਦੀ ਦੇਣ ਆ, ਦਲੇਰੀ ਪੁੰਨ ਹੈ ਖੂਨ ਦੇ ਵਿੱਚ, ਚਾਹੇ ਜਿਹੜੀ ਸੱਚਾਈ ਹੈ ਮਤਲਬ ਕਿ ਸਿੱਖ ਦੇ ਵਿੱਚ, ਉਸ ਸੱਚਾਈ ਤੋਂ ਡਰ ਇਹਨਾਂ ਨੂੰ ਲੱਗਦਾ ਭਾਈ ਸਾਹਿਬ। ਗੱਲ ਤੇ ਇਹੀ ਨਲੇਕੀਆਂ, ਇੱਕ ਤਾਂ ਸਾਡੀ ਕੌਮ ਦੀ ਨਾ ਸਭ ਤੋਂ ਵੱਡੀ ਜਿਹੜੀ ਆ ਅੱਜ ਨਲੇਕੀਆਂ ਹੁੰਦੀਆਂ ਜਾਂ ਬਾਦਲ ਪਰਿਵਾਰ ਨੇ ਕੀਤੀਆਂ ਜਾਂ ਕਾਂਗਰਸ ਨੇ ਕੀਤੀਆਂ ਜਾਂ ਆਮ ਪਾਰਟੀ ਅੱਜ ਕਰ ਰਹੀ ਹੈ, ਇਹ ਨਲੇਕੀਆਂ ਸਾਡੀਆਂ ਕਿਉਂ ਹੁੰਦੀਆਂ? ਕਿਉਂਕਿ ਸਿੱਖ ਸਿੱਖ ਨੂੰ ਨਾ ਮਾਰੇ ਤੇ ਸਿੱਖ ਕੌਮ ਕਦੇ ਨਾ ਹਾਰੇ। ਇਹ ਸਾਡੇ ਆਪਣੇ ਹੀ ਆ ਸਰਕਾਰਾਂ ਦੇ ਵਿੱਚ ਜਿਹੜੇ MLA ਕੌਣ ਆ? ਪੰਜਾਬੀ ਨੇ, ਵੇਖੋ ਕੋਈ ਬਾਹਰੋਂ ਥੋੜੀ ਆਇਆ, ਇਹ ਸਿਰਫ ਸਾਡੇ ਨਾ ਲਕੀਰ ਦੇ ਫਕੀਰ ਆ ਲੋਕ। ਚਾਰ ਗੱਲਾਂ ਤੁਸੀਂ ਕਰ ਦਿਓ ਅਤੇ ਲੋਕ ਮਗਰ ਚੱਲ ਪੈਂਦੇ ਆ, ਅਤੇ ਇਹ ਰਾਤ ਰਾਤ ਹੀ ਬੰਦੇ ਨੂੰ ਸਟਾਰ ਬਣਾ ਦਿੰਦੇ ਅਤੇ ਦਿਨ ਚੜ੍ਹੇ ਗਦਾਰ ਬਣਾ ਦਿੰਦੇ ਆ। ਇਹ ਇੱਥੇ ਕੋਈ ਪਤਾ ਨਹੀਂ ਹੈ ਤਿਲਕਣਬਾਜ਼ੀ ਆ, ਇਹ ਕਿਹਨੂੰ ਇਹਨਾਂ ਸਟਾਰ ਬਣਾ ਦਿੰਦਾ? ਸੋਸ਼ਲ ਮੀਡੀਆ ਵਾ, ਇਹਦੇ ਵਿੱਚ ਬੜੀ ਛੇਤੀ ਪ੍ਰਮੋਟ ਵੀ ਕੀਤਾ ਜਾਂਦਾ, ਬੰਦਾ ਤਾਂ ਬੜੀ ਛੇਤੀ ਸੁੱਟਿਆ ਵੀ ਜਾਂਦਾ ਸਵੇਰ ਨੂੰ। ਇਹ ਜਿਹੜੀਆਂ ਨਲੇਕੀਆਂ ਸਾਡੀਆਂ ਸਰਕਾਰਾਂ ਦੀ ਮਰਜ਼ੀ ਖਾਈ ਜਾਂਦੇ ਪੈਸੇ ਦੀ, ਸਾਨੂੰ ਕੌਮ ਨੂੰ ਕੋਈ ਪਰਵਾਹ ਨਹੀਂ, ਪੈਸੇ ਬਾਰੇ ਨਹੀਂ ਸਾਡੀ ਕੌਮ ਪੁੱਛਦੀ ਕਿਸੇ ਨੂੰ, ਜਿੰਨਾ ਮਰਜ਼ੀ ਕੋ ਖਾ ਜੇ, ਪਰ ਜਦੋਂ ਗੱਲ ਪੰਥ ਅਤੇ ਗ੍ਰੰਥ ਦੀ ਆਉਂਦੀ ਹੈ ਨਾ, ਉਦੋਂ ਛੋਟੇ ਤੋਂ ਛੱਟਾ ਬੱਚਾ ਵੀ ਸਾਡਾ ਬਿਲਕੁਲ ਨਹੀਂ ਕਿਸੇ ਨੂੰ ਬਖਸ਼ਦਾ। ਇਸ ਕਰਕੇ ਮੈਂ ਇਹੋ ਕਹੂੰਗਾ ਵੀ ਇਹ ਸੁਚੇਤ ਹੋ ਜਾਣ ਤਾਂ ਚੰਗੀ ਗੱਲ ਆ, ਨਹੀਂ ਤਾਂ ਉਹਨਾਂ ਨਾਲ ਸਮਾਂ ਹੋਰ ਭਿਆਨ ਕਰਨਾ ਪਰਿਵਾਰ ਵਾਸਤੇ। ਬਹੁਤ ਬਹੁਤ ਮਿਹਰਬਾਨੀ ਭਾਈ ਦਿਲਬਾਗ ਸਿੰਘ ਜੀ, ਜਥਾ ਸਿਰਲੱਥ ਔਰ